ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸਤਿਕਾਰਯੋਗ ਸਮੂਹ ਸੰਗਤ, ਜੋ ਕਿ ਪਿਛਲੇ 3 ਮਹੀਨੇ ਤੋਂ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਬੈਠ ਕੇ ਆਪਣੀਆਂ ਹੱਕੀ ਮੰਗਾਂ ਲਈ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਜਿਹੜੀਆਂ ਸੰਘਰਸ਼ ਕਰ ਰਹੀਆਂ, ਬਹੁਤ ਹੀ ਸਤਿਕਾਰਯੋਗ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਅਤੇ ਨੌਜਵਾਨ ਵੀਰ, ਜਿਹੜੇ ਪਹਿਲੇ ਦਿਨ ਤੋਂ ਹੀ ਲਗਾਤਾਰ ਇਹ ਸੰਘਰਸ਼ ਦਾ ਹਿੱਸਾ ਬਣ ਕੇ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ। ਸੋ ਵੀਰੋ, ਮੋਰਚਾ ਜੋ ਕਿ ਬਹੁਤ ਹੀ ਚੜ੍ਹਦੀ ਕਲਾ ਨਾਲ ਆਪ ਸਭ ਦੇ ਸਹਿਯੋਗ ਨਾਲ ਚੱਲ ਰਿਹਾ, ਸਮੇਂ ਦੇ ਹਿਸਾਬ ਨਾਲ ਹਰ ਪੜਾਅ 'ਚ ਉਤਰਾਅ ਚੜ੍ਹਾਅ ਆਉਣੇ ਜਿਹੜੇ ਉਹ ਨੈਚੁਰਲ ਗੱਲ ਆ। ਸਮੇਂ ਸਮੇਂ 'ਤੇ ਕੋਈ ਵਾਧ ਘਾਟ ਜਿਹੜੀ ਉਹ ਚੱਲਦੀ ਰਹਿੰਦੀ ਹੈ। ਸੋ ਫਿਰ ਵੀ ਐਡੇ ਵੱਡੇ ਸਮਰਥਨ ਨਾਲ ਤੁਸੀਂ ਇਸ ਮੋਰਚੇ ਨੂੰ ਚਲਾ ਰਹੇ ਹੋ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਸੋ ਜਿਹੜੇ ਬਹੁਤ ਸਾਰੇ ਵੀਰਾਂ ਦੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਲਗਾਤਾਰ ਫੋਨ ਆਉਂਦੇ ਆ, ਆਪਣੀਆਂ ਯੋਗ ਸਲਾਹਾਂ ਉਹ ਸਾਨੂੰ ਦਿੰਦੇ ਰਹਿੰਦੇ ਆ। ਜਿਸ ਤਰ੍ਹਾਂ ਅਸੀਂ ਇੰਟਰਨੈਸ਼ਨਲ ਪੰਥਕ ਦਲ ਕਿਸਾਨ ਬਚਾਓ ਮੋਰਚੇ ਵੱਲੋਂ ਸੰਯੁਕਤ ਮੋਰਚੇ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆਪਣੀਆਂ ਸੇਵਾਵਾਂ ਦੇ ਰਹੇ ਹਾਂ। ਸੋ ਬਹੁਤ ਸਾਰੇ ਸੱਜਣਾਂ ਦੇ ਲਗਾਤਾਰ ਫੋਨ ਆਉਂਦੇ ਆ, ਜਿਹੜੇ ਸਾਨੂੰ ਸਮੇਂ ਸਮੇਂ 'ਤੇ ਸਲਾਹਾਂ ਅਤੇ ਸੁਚੇਤ ਵੀ ਕਰਦੇ ਰਹਿੰਦੇ ਆ। ਸੋ ਮੈਂ ਸਾਰੇ ਵੀਰਾਂ ਨੂੰ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਸਮਝਦਾ ਕਿ ਹਰ ਸੰਘਰਸ਼ ਦਾ, ਹਰ ਮੋਰਚੇ ਦਾ ਅੰਤਰਮੁਖੀ ਅਤੇ ਬਾਹਰਮੁਖੀ ਦਾ ਜਿਹੜਾ ਫਾਸਲਾ ਵਾ ਉਹਦੇ ਵਿੱਚ ਬਹੁਤ ਫਰਕ ਹੁੰਦਾ। ਜੋ ਬਾਹਰ ਦਿਖਦਾ ਉਹ ਅੰਦਰ ਨਹੀਂ ਹੁੰਦਾ, ਜੋ ਅੰਦਰ ਦੇ ਵਿੱਚ ਅੰਦਰਲੀ ਸਥਿਤੀ ਹੁੰਦੀ ਉਹਦਾ ਬਾਹਰ ਪਤਾ ਨਹੀਂ ਲੱਗਦਾ। ਸੋ ਵੀਰੋ, ਅੱਜ ਕੱਲ੍ਹ ਫੇਸਬੁੱਕ 'ਤੇ ਬਹੁਤ ਅਫਵਾਹਾਂ ਫੈਲ ਰਹੀਆਂ, ਕਿਉਂਕਿ ਸਾਡਾ ਦੁਸ਼ਮਣ ਬਹੁਤ ਚਲਾਕ ਆ। ਪ੍ਰਾਚੀਨ ਸਮੇਂ 'ਚ ਜਿਹੜੇ ਸਾਡੇ ਦੁਸ਼ਮਣ ਸੀ ਉਹ ਪ੍ਰਤੱਖ ਰੂਪ 'ਚ ਸਾਡੇ 'ਤੇ ਹਮਲਾ ਕਰਦੇ ਸੀ, ਸਾਡੀ ਵੱਢ ਟੁੱਕ ਵੀ ਕਰਦੇ ਸੀ, ਪਰ ਸਾਨੂੰ ਆਪਣੇ ਦੁਸ਼ਮਣ ਦੀ ਪਹਿਚਾਣ ਹੋਣ ਕਾਰਨ ਅਸੀਂ ਹਿੱਕ ਡਾਹ ਕੇ ਉਹਨਾਂ ਦੇ ਖਿਲਾਫ, ਉਹਨਾਂ ਦੇ ਜ਼ੁਲਮ ਦੇ ਖਿਲਾਫ ਲੜਦੇ ਸੀ। 47 ਤੋਂ ਬਾਅਦ ਖਾਸ ਤੌਰ 'ਤੇ ਪੰਜਾਬ ਨੂੰ ਇੱਥੋਂ ਦੇ ਹੁਕਮਰਾਨਾਂ ਨੇ ਹਮੇਸ਼ਾ ਹੀ ਸਰਕਾਰੀ ਜ਼ਬਰ ਅਤੇ ਜ਼ੁਲਮ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਨੇ ਹਮੇਸ਼ਾ ਹੀ ਸਬਰ ਅਤੇ ਸਿਦਕ ਨਾਲ ਇਹਨਾਂ ਦੇ ਜ਼ੁਲਮ ਦਾ, ਇਹਨਾਂ ਦੇ ਜ਼ਬਰ ਦਾ ਮੂੰਹ ਤੋੜ ਜਵਾਬ ਦਿੱਤਾ। ਇਹਨਾਂ ਦਾ ਸਰਕਾਰੀ ਜ਼ਬਰ ਨਾ ਤਾਂ ਕਦੇ ਸਾਡੇ ਸਿਦਕ ਨੂੰ, ਸਬਰ ਨੂੰ ਤੋੜ ਸਕਿਆ ਸੀ ਅਤੇ ਨਾ ਹੀ ਤੋੜ ਸਕੇਗਾ, ਕਿਉਂਕਿ ਵੀਰੋ ਸਾਡੇ ਪਿੱਛੇ ਸ਼ਹਾਦਤਾਂ ਦਾ ਇਤਿਹਾਸ ਖੜ੍ਹਾ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਮਣੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਅਜਿਹੇ ਲੱਖਾਂ ਹੀ ਨਾਮ ਜੋ ਸਾਡੇ ਲਈ ਪ੍ਰੇਰਣਾ ਸਰੋਤ ਹੈ। ਵੀਰੋ, ਇਸ ਧਰਤੀ ਦੀਆਂ ਮਾਵਾਂ ਨੇ ਆਪਣੇ ਪੁੱਤਰਾਂ ਦੇ ਟੋਟੇ ਗਲਾਂ 'ਚ ਪੁਆਏ ਆ। ਇਸ ਧਰਤੀ ਦੀਆਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਨੇਜਿਆਂ 'ਤੇ ਟੰਗੇ ਹੋਏ ਦੇਖਿਆ। ਇਸ ਧਰਤੀ ਦੀਆਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਨੀਹਾਂ 'ਚ ਜਕਾਰੇ ਗਜਾਉਂਦੇ ਵੀ ਦੇਖਿਆ। ਸੋ ਵੀਰੋ, ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਸਾਡੇ 'ਤੇ ਜ਼ਬਰ ਜ਼ੁਲਮ ਕਰਦੀਆਂ ਰਹੀਆਂ। ਸਮਾਂ ਆਉਣ 'ਤੇ ਖਾਲਸੇ ਰੋਹ ਰੀਤਾਂ ਅਨੁਸਾਰ ਇਹਨਾਂ ਦੇ, ਇਹਨਾਂ ਜ਼ਾਬਰ ਹੁਕਮਰਾਨਾਂ ਦਾ, ਇਹਨਾਂ ਦੇ ਕੀਤੇ ਹੋਏ ਜ਼ੁਲਮਾਂ ਦਾ ਅਸੀਂ ਖਾਲਸੇ ਰੋਹ ਰੀਤਾਂ ਨਾਲ ਇਨਸਾਫ ਵੀ ਕਰਦੇ ਰਹੇ ਹਾਂ। ਸੋ ਵੀਰੋ, ਅੱਜ ਦਾ ਹੁਕਮਰਾਨ ਜੋ ਕਿ ਪਾਰਲੀਮੈਂਟ ਵਿੱਚ ਸਿੱਖਾਂ ਦੇ ਸੋਹਲੇ ਗਾ ਕੇ ਸਾਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਅਤੇ ਸੰਸਦ ਦੇ ਵਿੱਚ
1984 ਦੇ ਕਤਲੇਆਮ ਦੀ ਬਾਤ ਪਾ ਕੇ ਸਾਡੇ ਹੱਕ 'ਚ ਖੜਾ ਹੋਣ ਦਾ ਦਿਖਾਵਾ ਕਰ ਰਿਹਾ, ਪਰ ਨਾਲ ਦੀ ਨਾਲ ਇਸ ਮੋਰਚੇ ਨੂੰ ਸਾਨੂੰ ਖਤਮ ਕਰਨ ਲਈ, ਸਾਨੂੰ ਮਾਰਨ ਲਈ, ਸਾਨੂੰ ਦਬਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਿਹਾ। ਵੀਰੋ, ਕੋਈ ਵੀ ਸਰਕਾਰ, ਚਾਹੇ ਉਹ ਪੰਜਾਬ ਸਰਕਾਰ, ਕੋਈ ਵੀ ਸਿਆਸੀ ਪਾਰਟੀ, ਉਹ ਇਹ ਨਹੀਂ ਚਾਹੁੰਦੀ ਕਿ ਤੁਹਾਡੀ ਜਿੱਤ ਹੋਵੇ, ਕਿਉਂਕਿ ਇਹ ਸਾਰਾ ਹੀ ਤਾਣਾ ਬਾਣਾ। ਸੋ ਇੱਕ ਗੱਲ, ਜਿਹੜੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਪਿਛਲੇ ਸਮੇਂ ਤੋਂ ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਸੋ ਤੁਸੀਂ ਬੜੀ ਵੱਡੀ ਮੁਸੀਬਤ ਉਹਨਾਂ ਦੇ ਇਸ ਏਜੰਡੇ ਨੂੰ ਰੋਕ ਲਾਉਣ ਦੀ ਜਿਹੜੀ ਖੜੀ ਕੀਤੀ ਹੈ। ਤੁਸੀਂ ਉਹਨਾਂ ਦਾ ਜਿਹੜਾ ਏਜੰਡਾ ਸੀ, ਜਿਹੜਾ ਉਹਨਾਂ ਦੀ ਸੋਚ ਸੀ ਕਿ ਹਿੰਦੂ ਰਾਸ਼ਟਰ ਬਣਾਉਣਾ, ਤੁਸੀਂ ਲੋਕ ਉਹਦੇ ਵਾਸਤੇ ਬਹੁਤ ਵੱਡੀ ਸਮੱਸਿਆ ਹੋ। ਸੋ ਵੀਰੋ, ਅਸੀਂ ਵਿਗਿਆਨ ਭਵਨ ਦੇ ਵਿੱਚ ਇੱਕ ਨਾਅਰਾ ਵੀ ਦਿੱਤਾ ਸੀ, ਜਿੱਤਾਂਗੇ ਜਾਂ ਮਰਾਂਗੇ, ਕਿਉਂਕਿ ਵੀਰੋ ਇਹ ਸੰਘਰਸ਼ ਸਾਡੇ ਲਈ ਓਨਾ ਹੀ ਜ਼ਰੂਰੀ ਆ ਜਿੰਨਾ ਜੀਣਾ ਜ਼ਰੂਰੀ ਹੈ, ਓਨੀ ਸਾਡੀ ਜਿੱਤ ਜ਼ਰੂਰੀ ਆ। ਸੋ ਵੀਰੋ, ਇਹ ਸੰਘਰਸ਼ ਸਾਨੂੰ ਜਿੱਤਣਾ ਪੈਣਾ। ਸਾਰੇ ਵੀਰ ਇਕੱਠੇ ਹੋ ਜਾਓ, ਤਕੜੇ ਹੋ ਜਾਓ, ਕੋਈ ਆਪਸੀ ਜਿਹੜੀ ਵਿਚਾਰਕ ਮਤਭੇਦ ਆ ਕੋਈ ਗੱਲ ਨਹੀਂ, ਅਸੀਂ ਬੈਠ ਕੇ ਉਹ ਵੀ ਨਿਬੇੜ ਲਾਂਗੇ, ਪਰ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਵੱਖਰੇ ਵੱਖਰੇ ਹੋ ਕੇ ਇਸ ਸੰਘਰਸ਼ ਨੂੰ ਜਿਹੜਾ ਸਰਕਾਰਾਂ ਚਾਹੁੰਦੀਆਂ ਖਤਮ ਕਰਨਾ, ਅਸੀਂ ਉਹਦਾ ਹਿੱਸਾ ਬਣੀਏ। ਸੋ ਵੀਰੋ, ਅੱਜ ਲੋੜ ਆ ਇਕੱਠੇ ਹੋ ਕੇ ਲੜੀਏ, ਕਿਉਂਕਿ ਜੇ ਕਿਤੇ ਅਸੀਂ ਇਸ ਸੰਘਰਸ਼ ਦੇ ਵਿੱਚ ਅਸਫਲ ਹੁੰਦੇ ਹਾਂ ਤਾਂ ਵੀਰੋ 70 ਸਾਲ ਲੱਗੇ ਉਹਨਾਂ ਨੂੰ ਤੁਹਾਨੂੰ ਖਤਮ ਕਰਨ ਲਈ, ਤੁਹਾਡੀ ਜਵਾਨੀ ਨੂੰ ਖਤਮ ਕਰਨ ਲਈ, ਪਰ ਇੱਕ ਦਿਨ ਦੇ ਵਿੱਚ ਜਿਹੜਾ ਉਬਾਲਾ, ਜਿਹੜਾ ਜੋਸ਼ ਤੁਸੀਂ ਦੁਨੀਆ ਨੂੰ ਦਿਖਾ ਤਾ, ਸੋ ਇਹਦੇ ਤੋਂ ਪੂਰੀ ਦੁਨੀਆ ਜਾਬਰ ਹੁਕਮਰਾਨ ਘਬਰਾਏ ਹੋਏ ਆ। ਉਹ ਇਹ ਗੱਲ ਸੋਚ ਰਹੇ ਆ ਕਿ ਅਸੀਂ 70 ਸਾਲ ਇੰਨਾ ਖਰਚਾ, ਇੰਨੀ ਇਨਵੈਸਟਮੈਂਟ ਕਰਕੇ ਇਹਨਾਂ ਨੂੰ ਮਾਰਨ ਦਾ ਯਤਨ ਕੀਤਾ, ਪਰ ਇਹ ਲੋਕ ਅੱਜ ਫਿਰ ਸਾਡੇ ਉਸ ਏਜੰਡੇ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਸੋ ਵੀਰੋ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਦੇ ਚਰਨਾਂ 'ਚ ਕਿ ਫੇਸਬੁੱਕ 'ਤੇ ਆਪਸੀ ਮਤਭੇਦ ਜਿਹੜੇ ਛੱਡ ਕੇ ਆਪਾਂ ਇਸ ਮੋਰਚੇ ਨੂੰ ਜਿੱਤਣ ਲਈ ਹਰ ਹਿੱਲਾ ਵਰਤੀਏ, ਕਿਉਂਕਿ ਉੱਥੇ ਮੋਰਚੇ 'ਚ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਬੈਠੇ ਆ, ਉਹ ਆ ਕੇ ਵਾਰ ਵਾਰ ਗੱਲਾਂ ਪੁੱਛਦੇ ਆ ਕਿ ਪੁੱਤ ਹੁਣ ਕੀ ਹੋਣਾ, ਅਸੀਂ ਇਹ ਮੋਰਚਾ ਕਿੱਦਾਂ ਜਿੱਤਾਂਗੇ। ਸੋ ਬੜਾ ਉਹਨਾਂ ਦਾ ਜਿਹੜਾ ਦਿਲੋਂ ਸਾਰੇ ਹੀ ਇਸ ਮੋਰਚੇ ਨਾਲ ਜੁੜੇ ਆ। ਸੋ ਸਾਡੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਿਤੇ ਇਸ ਮੋਰਚੇ ਨੂੰ ਢਹਿੰਦੀ ਕਲਾ ਵੱਲ ਨਾ ਲੈ ਕੇ ਜਾਣ। ਸੋ ਇਸ ਲਈ ਸਾਰੇ ਵੀਰ ਆਪਸੀ ਮਤਭੇਦ ਭੁਲਾ ਕੇ ਆਪਾਂ ਇਹ ਮੋਰਚਾ ਜਿੱਤੀਏ। ਸੋ ਫੇਸਬੁੱਕ 'ਤੇ ਇੱਕ ਧਿਰ ਲਈ ਜਿਹੜਾ ਵਾਰ ਵਾਰ ਉਹਨਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ, ਸੋ ਇਹ ਵੀ ਗੱਲ ਕਿਤੇ ਨਾ ਕਿਤੇ ਚੰਗੀ ਨਹੀਂ ਕਿ ਅਸੀਂ ਕਿਸੇ ਧਿਰ ਨੂੰ ਪ੍ਰਮੋਟ ਕਰੀਏ। ਸੋ ਸਾਰੇ ਵੀਰ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸਾਡੇ ਆਦਰਸ਼ ਆ, ਕਿਉਂਕਿ ਇੱਕ ਗੱਲ ਮੈਂ ਹੋਰ ਕਹਿ ਦਿਆਂ, ਦੁਨੀਆ ਨੂੰ ਜੇ ਦੁਨੀਆ ਦੇ ਲੋਕਾਂ ਨੂੰ ਸੁੱਖ, ਸ਼ਾਂਤੀ ਅਤੇ ਵਧੀਆ ਰਾਜ, ਉਹ ਰਾਜ ਸਿਰਫ ਖਾਲਸਾਈ ਰਾਜ ਦਾ ਮਾਡਲ ਹੀ ਦੇ ਸਕਦਾ, ਕਿਉਂਕਿ ਖਾਲਸਾਈ ਰਾਜ ਦੇ ਵਿੱਚ ਸਰਬੱਤ ਦੇ ਭਲੇ ਦੀ, ਸਰਬ ਸਾਂਝੀ ਵਾਲਤਾ ਦੀ ਗੱਲ ਹਮੇਸ਼ਾ ਹੀ ਹੁੰਦੀ ਹੈ ਅਤੇ ਹੁੰਦੀ ਰਹੇਗੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਆਦਰਸ਼ ਆ। ਸੋ ਮੋਰਚੇ 'ਚ ਰਹਿੰਦਿਆਂ ਕਈ ਵੀਰ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਬੋਲਦੇ ਨਹੀਂ, ਕਈ ਤਰ੍ਹਾਂ ਦੇ ਕਈ ਵਾਰੀ ਗੁੱਸਾ ਵੀ ਕਰਦੇ ਆ ਕਈ ਵੀਰ, ਪਰ ਵੀਰੋ ਜਦੋਂ ਇਤਿਹਾਸ ਪੜ੍ਹੀਦਾ, ਇਤਿਹਾਸ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵੱਖ ਵੱਖ ਵਿਚਾਰਕ ਮਤਭੇਦ ਹਰ ਕਿਸੇ ਦੇ ਹੁੰਦੇ ਆ, ਪਰ ਸਾਡਾ ਇੱਕੋ ਇੱਕ ਨਿਸ਼ਾਨਾ ਕਿ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਸਾਡੇ ਜਿਹੜੇ ਬਜ਼ੁਰਗ, ਸਾਡੇ ਨੌਜਵਾਨ ਪਿਛਲੇ  3 ਮਹੀਨੇ ਤੋਂ ਸੜਕਾਂ 'ਤੇ ਬੈਠੇ ਆ, ਉਹਨਾਂ ਨੂੰ ਸੁੱਖ, ਸ਼ਾਂਤੀ ਨਾਲ, ਖੁਸ਼ੀ ਨਾਲ ਉਹਨਾਂ ਨੂੰ ਆਪਣੇ ਘਰ ਲੈ ਕੇ ਆਉਣਾ। ਜਿਹੜੇ ਸਾਡੇ ਨੌਜਵਾਨਾਂ 'ਤੇ ਇਹਨਾਂ
ਜਾਬਰ ਹੁਕਮਰਾਨਾਂ ਨੇ ਝੂਠੇ ਪਰਚੇ ਦਰਜ ਕੀਤੇ ਆ, ਉਹਨਾਂ ਵੀਰਾਂ ਨੂੰ ਵੀ ਪਰਚੇ ਰੱਦ ਕਰਵਾ ਕੇ ਸਾਰਿਆਂ 'ਤੇ ਲੀਕਾਂ ਮਰਵਾ ਕੇ ਅਸੀਂ ਆਪੋ ਆਪਣੇ ਘਰ ਲੈ ਕੇ ਆਉਣਾ। ਸਾਰੇ ਸਾਡੇ ਵੀਰ ਆ ਬਹੁਤ ਸਿਆਣੇ ਅਤੇ ਸੂਝਵਾਨ ਆ, ਸੋ ਕਈ ਵਾਰੀ ਉਮਰ ਛੋਟੀ ਆ ਸੋ ਗਲਤੀਆਂ ਵੀ ਹੋ ਜਾਂਦੀਆਂ, ਲੀਡਰਸ਼ਿਪ ਕੋਲ ਵੀ ਗਲਤੀਆਂ ਹੋ ਜਾਂਦੀਆਂ। ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਹਰ ਬੰਦਾ ਜਿਹੜਾ ਉਹ ਸੰਪੂਰਨ ਨਹੀਂ ਹੁੰਦਾ, ਕਈ ਵਾਰੀ ਕਈ ਗਲਤੀਆਂ ਹੋ ਜਾਂਦੀਆਂ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਸੀ ਮਤਭੇਦ ਬੁਲਾ ਕੇ ਇਸ ਮੋਰਚੇ ਨੂੰ, ਇਸ ਲੜਾਈ ਨੂੰ ਹਰ ਹੀਲੇ ਜਿੱਤਣਾ ਜਿੱਤਣਾ ਜਿੱਤਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।